ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਨਾਭਾ ਦੇ ਪਿੰਡ ਮਹੇਜ 'ਚ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਨਸ਼ਾ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ। ਇਸ ਮੌਕੇ ਉਹਨਾਂ ਨਾਲ ਹੀ ਸ਼੍ਰੋਮਣੀ ਅਕਾਲੀ ਦਲ 'ਤੇ ਵੀ ਨਸ਼ਿਆਂ ਦੇ ਮੁੱਦੇ 'ਤੇ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਨਸ਼ਿਆਂ ਦੇ ਮੁੱਦੇ 'ਤੇ ਚੁੱਪੀ ਧਾਰੀ ਹੋਈ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਕਰਕੇ ਮਰ ਰਹੀ ਹੈ, ਦੂਸਰੇ ਪਾਸੇ ਕੈਪਟਨ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕ ਰਹੀ। ਸੁਖਪਾਲ ਸਿੰਘ ਖਹਿਰਾ ਨੇ ਇਸ ਮੌਕੇ ਇਹ ਵੀ ਕਿਹਾ ਕਿ ਕੈਪਟਨ ਸਰਕਾਰ ਨੂੰ ਛੋਟੀਆਂ ਮੱਛੀਆਂ ਦੀ ਬਜਾਏ ਨਸ਼ਿਆਂ ਦੇ ਵੱਡੇ ਮਗਰਮੱਛਾਂ ਨੂੰ ਹੱਥ ਪਾਉਣਾ ਚਾਹੀਦਾ ਹੈ। ਨਾਭਾ ਹਲਕੇ 'ਚ ਪੁੱਜਣ 'ਤੇ ਕੁਝ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ 'ਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਕਿਸੇ ਦੇ ਵੀ ਵਿਰੋਧ ਤੋਂ ਡਰਦੇ ਨਹੀਂ ਹਨ। ਉਹਨਾਂ ਦੋਸ਼ ਲਾਇਆ ਕਿ ਵਿਰੋਧ ਕਰਨ ਵਾਲੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹੀ ਆਦਮੀ ਸਨ। ਚਾਰੇ ਗ੍ਰਾਮ ਦੋ ਗ੍ਰਾਮ ਦੇ ਜਿਹੜੇ ਲਾਚਾਰ ਬੇਬਸ ਨੌਜਵਾਨ ਨੇ ਜਿਹਨਾਂ ਜਿਹੜੇ ਬੇਰੁਜ਼ਗਾਰੀ ਦੇ ਆਲਮ ਵਿੱਚ ਫਿਰਦੇ ਨੇ, ਉਹਨਾਂ ਦਾ ਕਸੂਰ ਕੋਈ ਨਹੀਂ ਗਾ। ਔਰ ਜਿਹੜੇ ਸਮਗਲਰ ਛੋਟੇ ਮੋਟੇ ਗ੍ਰਾਮ ਦੋ ਗ੍ਰਾਮ ਦੇ, ਇਹਨਾਂ ਨੂੰ ਫੜ ਕੇ ਇਹਦਾ ਮਸਲੇ ਦਾ ਹੱਲ ਨਹੀਂ ਗਾ। ਇਹ ਤਾਂ ਜਦ ਤੱਕ ਕਹਿੰਦੇ ਹੁੰਦੇ ਨੇ ਕਿ ਮਗਰਮੱਛ ਜਿਹੜੇ ਬੈਠੇ ਨੇ ਉਹਨਾਂ ਨੂੰ ਜੇ ਪੁਲਿਸ ਗ੍ਰਿਫਤਾਰ ਨਹੀਂ ਕਰੇਗੀ, ਉਹਨਾਂ ਦੇ ਹੱਥ ਨਹੀਂ ਪਾਵੇਗੀ, ਉਹਨਾਂ ਦੇ ਤਾਂ ਇਸ ਮਸਲੇ ਦਾ ਹੱਲ ਨਹੀਂ। ਸੋ ਇਹ ਜਿਹੜਾ ਹਫ਼ਤਾ ਜਿਹੜਾ ਲੋਕਾਂ ਨੇ ਆਪਣੇ ਲੈਵਲ ਦੇ ਉੱਤੇ ਮਨਾਉਣਾ ਸ਼ੁਰੂ ਕੀਤਾ, ਮੈਂ ਕਹਿੰਦਾ ਇਹ ਕਾਬਲੇ ਤਾਰੀਫ ਹੈ। ਜਦੋਂ ਸਮਾਜ ਖੜ੍ਹਾ ਹੋ ਜਾਵੇ ਨਾ ਜੀ ਕਿਸੇ ਗੱਲ ਦੇ ਵਿੱਚ, ਜਦੋਂ ਲੋਕ ਆਪ ਖੜ੍ਹੇ ਹੋ ਜਾਣ, ਉਦੋਂ ਫਿਰ ਕੋਈ ਗੌਰਮੈਂਟਾਂ ਇਹਨਾਂ ਨੂੰ ਕਿਸੇ ਗੱਲ ਨੂੰ ਰੋਕ ਨਹੀਂ ਸਕਦੀਆਂ। ਇਸ ਲਈ ਜਿੰਨੀ ਛੇਤੀ ਕੈਪਟਨ ਅਮਰਿੰਦਰ ਸਿੰਘ ਜੀ ਜਾਗ ਜਾਣਗੇ, ਜਿੰਨੀ ਛੇਤੀ ਕੈਪਟਨ ਅਮਰਿੰਦਰ ਸਿੰਘ ਜੀ ਇਹਦੇ 'ਤੇ ਪੁਖਤਾ ਐਕਸ਼ਨ ਲੈਣਗੇ, ਉਨਾ ਸਾਡੇ ਪੰਜਾਬ ਦੀ ਬਿਹਤਰ। ਪੰਜਾਬ ਦੇ ਨੌਜਵਾਨ ਤਾਂ ਚਿੱਟੇ ਨਾਲ ਮਰ ਰਹੇ ਨੇ, ਕੈਪਟਨ ਸਾਹਿਬ ਚੁੱਪ ਬੈਠੇ ਨੇ, ਕੀ ਕਹਿਣਾ ਚਾਹੁੰਦੇ? ਇਹੀ ਮੈਂ ਕਹਿ ਰਿਹਾ ਨਾ ਜੀ ਕਿ ਹੁਣ ਦੇਖੋ ਇਹ ਜਿਹੜੀਆਂ ਮੌਤਾਂ ਹੋਈਆਂ ਦਰਦਨਾਕ, ਜਿਹੜੀਆਂ ਸੋਸ਼ਲ ਮੀਡੀਆ 'ਤੇ ਇਲੈਕਟ੍ਰੋਨਿਕ ਮੀਡੀਆ 'ਤੇ ਆਈਆਂ, ਜਿਹਦੇ 'ਚ ਆਪਾਂ ਦੇਖ ਲਿਆ ਕਿ ਹੁਣ ਸਰਿੰਜਾਂ ਲਾ ਰਹੇ ਨੇ ਸਿੱਧੀਆਂ ਇੰਟਰਾਵੇਨਸ ਆਪਣੀ ਸਿੱਧੀਆਂ ਨਾੜਾਂ 'ਚ, ਔਰ ਹੁਣ ਇਹ ਪਤਾ ਲੱਗ ਰਿਹਾ ਵਾ ਕਿ ਕੀ ਤਾਂ ਉਹ ਦਵਾਈ ਵਰਤਰੇ ਜਿਹੜੀ ਆਪਾਂ ਪਸ਼ੂਆਂ ਨੂੰ ਬੇਹੋਸ਼ ਕਰਨ ਵਾਸਤੇ ਲਾਉਂਦੇ ਹਾਂ। ਇਹ ਨੌਬਤ ਆਈ ਕਿਉਂ ਆ, ਇੱਥੇ ਕਿਹਨੇ ਪਹੁੰਚਾਇਆ ਇਹਨਾਂ ਨੂੰ ਕਿ ਪੰਜਾਬ ਤਾਂ ਬਹੁਤ ਦਲੇਰ ਲੋਕਾਂ ਦਾ, ਬੜਾ ਜਿਸਮਾਨੀ ਤੌਰ 'ਤੇ ਤਾਕਤਵਰ ਲੋਕਾਂ ਦਾ ਸੂਬਾ ਮੰਨਿਆ ਗਿਆ ਸੀਗਾ। ਕੁਛ ਪਿਛਲੇ ਦੋ ਕੁ ਦਹਾਕਿਆਂ ਤੋਂ ਮੈਂ ਦੇਖ ਰਿਹਾ ਵਾਂ ਕਿ ਇੱਕ ਤਾਂ ਬੇਰੁਜ਼ਗਾਰੀ ਬਹੁਤ ਵਧੀ ਆ ਪੰਜਾਬ ਦੇ ਵਿੱਚ, ਅੱਜ ਵੀ ਸਾਰੀਆਂ ਗਵਰਨਮੈਂਟ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਪਈਆਂ ਨੇ। ਸੋ ਇਹਦਾ ਮਤਲਬ ਮੇਰਾ ਇਹ ਮੰਨਣਾ ਵਾ ਕਿ ਸਿਸਟਮ ਸਾਡਾ ਜਿਹੜਾ ਉਹਦੇ ਵਿੱਚ ਨੁਕਸ ਆ, ਲੋਕਾਂ 'ਚ ਨੁਕਸ ਆ, ਸਿਸਟਮ 'ਚ ਨੁਕਸ ਆ। ਅੰਗਰੇਜ਼ੀ 'ਚ ਕਹਿੰਦੇ ਹੁੰਦੇ ਦੈਟ ਇਹ ਸਿਰਫ ਇਟਸ ਅ ਟਿਪ ਆਫ ਦੀ ਆਈਸਬਰਗ, ਇਹ ਜਦ ਇਹ ਇਹਦੇ ਤੋਂ ਉੱਤੇ ਬਹੁਤ ਵੱਡੇ ਮਗਰਮੱਛ ਬੈਠੇ ਨੇ, ਉਹਨਾਂ ਦੀ ਤਹਿਕੀਕਾਤ ਹੋਣੀ ਵੀ ਜ਼ਰੂਰੀ, ਠੀਕ ਹੈ ਇਹਦੀ ਵੀ ਹੋਣੀ ਚਾਹੀਦੀ। ਬਿਕੋਜ਼ ਜਿੱਦਾਂ ਮੈਂ ਜਾਣਕਾਰੀ ਲਈ ਆ, ਇਹ ਪਿਛਲੇ 12-15 ਸਾਲ ਪਹਿਲਾਂ ਇੱਕ ਸਧਾਰਨ ਜ਼ਿਮੀਦਾਰ ਸੀਗਾ, ਪਰ ਅੱਜ ਉਹਦੇ ਘਰ ਵਿੱਚ ਹੈਲੀਪੈਡ ਬਣਿਆ ਹੋਇਆ ਵਾ, ਹੈਲੀਕਾਪਟਰ ਉੱਤਰਨ ਲਈ ਮਹਿਲ ਵਰਗਾ ਘਰ ਬਣਾਇਆ, ਬੇਤਹਾਸ਼ਾ ਪ੍ਰੋਪਰਟੀ ਬਣਾਈ ਹੋਈ ਆ। ਇਹਨਾਂ ਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ, ਪਰ ਇਹਨਾਂ ਦੇ ਜਿਹੜੇ ਬੋਸਸ ਨੇ ਪੋਲੀਟੀਕਲ, ਉਹਨਾਂ 'ਤੇ ਵੀ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਉਹ ਵੀ ਬਹੁਤ 7-star ਹੋਟੇਲ ਅਤੇ ਬੱਸਾਂ 'ਤੇ ਕਈ ਕੁਛ ਬਣਾ ਕੇ ਬੈਠੇ। ਤੁਹਾਡਾ ਸਵਾਲ ਉਠਾਇਆ ਵਾ ਕਿ ਇੰਨੀ ਪੰਜਾਬ 'ਚ ਹਾਹਾਕਾਰ ਮਚੀ ਹੋਈ ਆ, ਅਕਾਲੀ ਦਲ ਫਿਰ ਵੀ ਅਕਸਰ ਐਡੀ ਵੱਡੀ ਪੁਰਾਣੀ ਪਾਰਟੀ ਆ, ਉਹ ਵਿਰੋਧੀ ਦੇ ਵਿਰੋਧ 'ਚ ਬੈਠੇ ਨੇ, ਇੱਕ ਲਫ਼ਜ਼ ਨਹੀਂ ਬੋਲੇ ਨਸ਼ਿਆਂ ਦੇ ਉੱਤੇ, ਇੱਕ ਵੀ ਲਫ਼ਜ਼। ਇਹਦਾ ਮਤਲਬ ਸੁਖਬੀਰ ਸਿੰਘ ਬਾਦਲ ਨੇ ਕਬੂਲ ਲਿਆ ਵਾ ਕਿ ਨਸ਼ੇ 10 ਸਾਲਾਂ ਦੇ ਵਿੱਚ ਸਾਡੇ ਹੁੰਦਿਆਂ ਵੀ ਬਹੁਤ ਸੀਗੇ ਅਤੇ ਸਾਡਾ ਵੀ ਇਹਦੇ ਵਿੱਚ ਰੋਲ ਆ, ਇਸ ਲਈ ਇਹਦੇ ਖਿਲਾਫ਼ ਅਸੀਂ ਨਹੀਂ ਬੋਲ ਸਕਦੇ। ਉਹਨਾਂ ਨੂੰ ਬਾਹਰ ਆਣ ਕੇ ਆਪਣੀ ਚੁੱਪੀ ਤੋੜ ਕੇ ਆਪਣਾ ਬਿਆਨ ਸਪਸ਼ਟ ਕਰਨਾ ਚਾਹੀਦਾ, ਕਿਉਂਕਿ ਇਹ ਕਹਿੰਦੇ ਸੀ ਪਹਿਲਾਂ ਕਿ ਨਸ਼ੇ ਤਾਂ ਪੰਜਾਬ 'ਚ ਹੈ ਹੀ ਨਹੀਂ ਗੇ, ਪੰਜਾਬ ਦੇ ਨੌਜਵਾਨਾਂ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ, ਅਤੇ ਹੁਣ ਅੱਜ ਜਿਹੜੇ ਨਸ਼ੇ, ਤੁਹਾਡਾ ਕੀ ਖਿਆਲ ਹੈ, 14 ਮਹੀਨਿਆਂ 'ਚ ਆ ਗਏ ਨੇ ਪੰਜਾਬ ਦੇ ਜਿਹੜੇ ਨਸ਼ੇ ਦੇ ਟੀਕੇ ਲਾ ਰਹੇ ਨੇ, ਮਰ ਰਹੇ ਨੇ, ਉਹ 14 ਮਹੀਨਿਆਂ 'ਚ ਥੋੜ੍ਹੋ ਆ ਗਏ ਨੇ 15 'ਚ, ਉਹ ਤਾਂ ਕੁਛ ਦਹਾਕਿਆਂ ਤੋਂ ਇਹ ਬਿਮਾਰੀ ਪੈਦਾ ਹੋਈ ਆ। ਜੇ ਅਗਰ ਉਹਨਾਂ ਨੇ ਗੌਰ ਕੀਤਾ ਹੁੰਦਾ ਤਾਂ ਅੱਜ ਇਸ ਨੌਬਤ ਨਹੀਂ ਸੀ ਆਉਂਦੀ। ਟੱਟੂਆਂ ਮੈਂ ਕਦੀ ਬੋਦਰ ਨਹੀਂ ਕੀਤਾ, ਨਾ ਮੈਂ ਕਾਂ ਕਰੂੰਗਾ, ਔਰ ਇਹ ਸਾਰੇ ਪੇਡ ਏਜੰਟ ਨੇ ਮੇਰੇ ਖਿਆਲ ਧਰਮਸੋਤ ਨੇ ਭੇਜੇ ਹੋਣੇ ਆ, ਮੇਰੇ ਇਲਾਕੇ 'ਚ ਖਹਿਰਾ ਕਿਉਂ ਆ ਰਿਹਾ ਵਾ, ਸਮਝ ਗਏ? ਆਪ ਉਹ ਜੋ ਗਲਤ ਕੰਮ ਕਰਦਾ ਵਾ, ਜਿੱਦਾਂ ਦੀ ਕਰਪਸ਼ਨ ਕਰ ਰਹੇ, ਮਿਨਿਸਟਰ ਨੂੰ ਸ਼ੋਭਾ ਨਹੀਂ ਦਿੰਦਾ,
ਉਹ ਅੱਜ ਸਵੇਰੇ ਧਰਮਸੋਟ ਨੂੰ ਦੱਸ ਦਿਓ ਕਿ ਉਹਦਾ ਜਿਹੜਾ ਫੋਰੈਸਟ ਵਾਲਾ ਅਫਸਰ ਕੁੱਟਿਆ ਸੀ ਨਾ ਦਵਿੰਦਰ ਸਿੰਘ, ਮੈਂ ਉਹਦੀ ਪੀ ਜੀ ਆਈ ਖਬਰ ਲੈ ਕੇ ਆਇਆ, 15 ਦਿਨ ਹੋ ਗਏ ਬੇਹੋਸ਼ ਪਿਆ ਵਾ। ਇਹਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਇਹ ਜਿਹੜਾ ਮਾਈਨਿੰਗ ਮਾਫੀਆ ਦੇ ਲੋਕ ਜਿਹੜੇ ਇਹਦੇ ਫੋਰੈਸਟ ਅਫਸਰਾਂ ਨੂੰ ਕੁੱਟ ਕੇ ਗਏ ਨੇ ਸਿਉਂਕ ਵਿੱਚ, ਇਹ ਕਾਹਦਾ ਵਜ਼ੀਰ ਹੈ? ਇਹਦੀ ਜਗ੍ਹਾ ਮੈਂ ਵਜ਼ੀਰ ਹੁੰਦਾ ਤਾਂ ਹੁਣ ਨੂੰ ਨਾ ਸਿਰਫ ਫੜ ਕੇ ਅੰਦਰ ਦਿੱਤੇ, ਐਗਜ਼ੈਂਪਲਰੀ ਪਨਿਸ਼ਮੈਂਟ ਹੋਣੀ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।